ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਥਾਂ ਇਹ ਦਰਸਾਇਆ ਹੈ ਕਿ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਹੈ ਕੋਈ ਪੀੜਾ ਆਉਂਦੀ ਹੈ ਵਿਛੋੜਾ ਆਉਂਦਾ ਹੈ ਲੋਕ ਸਮਝੋ ਤੀਆਂ ਦੇ ਕੇ ਚਲੇ ਜਾਂਦੇ ਹਨ ਇਹੋ ਜੀਆਂ ਸਮਝੋਤਿਆਂ ਨਾਲ ਥੋੜੇ ਟਾਈਮ ਲਈ ਦਿਲ ਵਿੱਚ ਠੰਡ ਪਾਸਦੀ ਹੈ ਪਰ ਫਿਰ ਉਹ ਦਿਲ ਪੀੜਾ ਛਿੜ ਪੈਂਦੀ ਹੈ ਇਸ ਦਾ ਕੀ ਕਾਰਨ ਹੈ ਤੇ ਦੂਸਰੀ ਗੱਲ ਇਹ ਦਰਸਾਈ ਹੈ ਕਿ ਜੇ ਜੀਵਨ ਵਿੱਚ ਵਿਸ਼ਾਲ ਦ੍ਰਿਸ਼ਟੀ ਰੱਖੀਏ ਇਹ ਵਿਸ਼ਾਲ ਦ੍ਰਿਸ਼ਟੀ ਕੀ ਤਬਦੀਲੀ ਕਰ ਦਿੰਦੀ ਹੈ ਤੇ ਕੁਝ ਹੋਰ ਅਮਲੀ ਗੱਲਾਂ ਜੋ ਸਤਗੁਰੂ ਦੇ ਘਰ ਵਿੱਚ ਹਨ ਉਹਨਾਂ ਵੱਲ ਸਾਡਾ ਧਿਆਨ ਦਿਵਾਇਆ ਗਿਆ ਹੈ ਇਸ ਲਿਖਤ ਵਿੱਚ ਤੇ ਇਸ ਸਾਰੀ ਲਿਖਤ ਵਿੱਚ ਸਾਨੂੰ ਇਹ ਦਰਸਾਇਆ ਹੈ ਕਿ ਵਿਛੋੜੇ ਵੇਲੇ ਕਿਵੇਂ ਆਪਣੇ ਆਪ ਨੂੰ ਸੰਭਾਲਣਾ ਹੈ ਦਰਵਨਤਾ ਵੇਲੇ ਕੀ ਕੁਝ ਕਰਨਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 13 ਫਰਵਰੀ 1903 ਪਿਆਰੇ ਜੀਓ ਤੁਸਾਂ ਦਾ ਖਤ ਅੰਮ੍ਰਿਤਸਰੋਂ ਹੋ ਕੇ ਇੱਥੇ ਪੁੱਜਾ ਹੈ ਕਾਕੀ ਗੁਰਬਚਨ ਕੌਰ ਦੇ ਅਕਾਲ ਚਲਾਣੇ ਦੀ ਖਬਰ ਵਾਚੀ ਹੈ ਮੈਂ ਅੰਮ੍ਰਿਤਸਰ ਹੁੰਦਿਆਂ ਬੀਬੀ ਦੀ ਬਿਮਾਰੀ ਦੀ ਕੋਈ ਖਬਰ ਨਹੀਂ ਸੁਣੀ ਅੱਜ ਅਚਾਨਕ ਹੀ ਆਪ ਦੇ ਪੱਤਰ ਤੋਂ ਇਹ ਅਫਸੋਸਨਾਕ ਖਬਰ ਪਹੁੰਚੀ ਹੈ ਸਤਗੁਰ ਨਾਨਕ ਦੇਵ ਨੇ ਚਾਰ ਦੁੱਖ ਅਸਲ ਦੁੱਖ ਗਿਣੇ ਹਨ ਇਹਨਾਂ ਵਿੱਚੋਂ ਇੱਕ ਦੁੱਖ ਵਿਛੋੜਾ ਹੈ ਵਿਛੋੜਾ ਕਈ ਰੰਗਾਂ ਵਿੱਚ ਇਨਸਾਨ ਦੇ ਤਜਰਬੇ ਵਿੱਚ ਆਉਂਦਾ ਹੈ। ਪਰੰਤੂ ਔਲਾਦ ਵਿੱਚੋਂ ਕਿਸੇ ਦਾ ਵਿਛੋੜਾ ਬੜੀਆਂ ਕੋਮਲ ਦਿਲ ਤਰਬਾਂ ਨੂੰ ਹਿਲਾਉਂਦਾ ਹੈ। ਮਿੱਤਰ, ਸੱਜਣ, ਸੰਬੰਧੀ, ਭਲਾ ਲੋਚਣ ਵਾਲੇ ਫਿਰ ਕਈ ਇੱਕ ਨੁਕਤਿਆਂ ਤੋਂ ਸਮਝੌਤیاں ਦਿੰਦੇ ਹਨ ਕਿ ਵਿਛੜੇ ਦਿਲਾਂ ਨੂੰ ਨਵੇਂ ਲੱਗੇ ਜ਼ਖਮ ਦੀ ਪੀੜਾ ਤੁਰਤ ਫੁਰਤ ਮਿਟ ਜਾਵੇ। ਪਰ ਥੋੜੇ ਚਿਰ ਲਈ ਕੁਝ ਕੁਝ ਠੰਢ ਜਈ ਪਾਸ ਕੇ ਫਿਰ ਉਹ ਦਿਲ ਪੀੜਾ ਛਿੜ ਪੈਂਦੀ ਹੈ ਕਾਰਨ ਇਹ ਹੁੰਦਾ ਹੈ ਕਿ ਘਾਓ ਕਿਸੇ ਹੋਰ ਥਾਂ ਤੇ ਲੱਗਦਾ ਹੈ ਤੇ दारू ਉਸ ਤੋਂ ਉਰੇ-ਉਰੇ ਪਹੁੰਚਦਾ ਹੈ ਉਥੇ दारू ਦੇ ਪਹੁੰਚਣ ਵਿੱਚ ਸਮਾਂ ਲੱਗਦਾ ਹੈ ਹਾਂਜੀ ਫਿਰ ਦੁਰਾਦਈ ਪਰੰਤੂ ਔਲਾਦ ਵਿੱਚੋਂ ਕਿਸੇ ਦਾ ਵਿਛੋੜਾ ਬੜੀਆਂ ਕੋਮਲ ਦਿਲ ਤਰਬਾਂ ਨੂੰ ਹਿਲਾਉਂਦਾ ਹੈ ਮਿੱਤਰ ਸੱਜਣ ਸੰਬੰਧੀ ਭਲਾ ਲੋਚਣ ਵਾਲੇ ਫਿਰ ਕਈ ਇੱਕ ਨੁਕਤਿਆਂ ਤੋਂ ਸਮਝੌਤੀਆਂ ਦਿੰਦੇ ਹਨ ਕਿ ਵਿਛੜੇ ਦਿਲਾਂ ਨੂੰ ਨਵੇਂ ਲੱਗੇ ਜ਼ਖਮ ਦੀ ਪੀੜਾ ਤੁਰਤ ਫੁਰਤ ਮਿਟ ਜਾਵੇ ਪਰ ਥੋੜੇ ਚਿਰ ਲਈ ਕੁਝ ਕੁ ਠੰਢ ਜਿਹੀ ਪਾਸ ਕੇ ਫਿਰ ਉਹ ਦਿਲ ਪੀੜਾ ਛਿੜ ਪੈਂਦੀ ਹੈ ਕਾਰਨ ਇਹ ਹੁੰਦਾ ਹੈ ਕਿ ਘਾਉ ਕਿਸੇ ਹੋਰ ਥਾਂ ਤੇ ਲੱਗਦਾ ਹੈ ਤੇ दारू ਉਸ ਤੋਂ ਉਰੇ-ਉਰੇ ਪਹੁੰਚਦਾ ਹੈ ਉਥੇ दारू ਦੇ ਪਹੁੰਚਣ ਵਿੱਚ ਸਮਾਂ ਲੱਗਦਾ ਹੈ ਪ੍ਰੰਤੂ ਚਾਹੇ ਪਰਸਪਰ ਸਮਝਾਉਣਾ ਤਤਫਟ ਪਕਾ ਅਸਰ ਕਰਨ ਵਾਲਾ ਸਦੀਵ ਨਹੀਂ ਹੁੰਦਾ ਪਰ ਤਦ ਵੀ ਇਨਸਾਨ ਦਾ ਇਨਸਾਨ ਨਾਲ ਪੀੜਾ ਵੰਡਣ ਠੰਡ ਪਹੁੰਚਾਉਣ ਤੇ ਰਾਹਤ ਦੇਣ ਲੈਣ ਦਾ ਵਸੀਲਾ ਵੀ ਸਿਵਾ ਲਿਖੀ ਆ ਬੋਲੀ ਜਾਣ ਵਾਲੀ ਸਮਝੌਤੀ ਤੇ ਖਿਆਲ ਵਟਾਉਂਦਰੇ ਹੋਰ ਕੁਝ ਨਹੀਂ ਜੇ ਇਨਸਾਨ ਸਾਈਂ ਦੇ ਪਿਆਰ ਵਿੱਚ ਲੱਗ ਕੇ ਅੰਦਰ ਆਪਣੇ ਪਿਆਰ ਲਵਾ ਬਣ ਚੁੱਕਾ ਹੋਵੇ ਤਾਂ ਹਰ ਸ਼ੈ ਨੂੰ ਫਿਰ ਉਸ ਨੁਕਤੇ ਤੋਂ ਵੇਖਦਾ ਹੈ ਤੇ ਆਪ ਇੱਕੋ ਚਿਹਰੇ ਟਿਕਾਣੇ ਤੇ ਹੋਣ ਕਰਕੇ ਵਿਸ਼ਾਲ ਦ੍ਰਿਸ਼ਟੀ ਵਿੱਚ ਸਾਰੀਆਂ ਹੋਂਿਆਂ ਨੂੰ ਵੇਖਦਾ ਹੈ ਇਹ ਵਿਸ਼ਾਲ ਦ੍ਰਿਸ਼ਟੀ ਕੁਝ ਐਸੀ ਤਬਦੀਲੀ ਕਰ ਦਿੰਦੀ ਹੈ ਕਿ ਜੀਵ ਪੀੜਾ ਦੀਆਂ ਹੋਂਿਆਂ ਨੂੰ ਵੀ ਫਿਰ ਕਿਸੇ ਪਹਿਲੂ ਵਿੱਚ ਲੈਂਦਾ ਹੈ ਜਿਵੇਂ ਪਰਸੂਤਾ ਆਪਣੀ ਪਰਸੂਤ ਪੀੜਾ ਨੂੰ ਕਿਸੇ ਹੋਰ ਨੁਕਤਾ ਨਿਗਾਹ ਨਾਲ ਵੇਖਦੀ ਹੈ ਤੇ ਸੂਰਮਾ ਆਪਣੇ ਕਹਾਵਾਂ ਦੀ ਦਰਦ ਨੂੰ ਕਿਸੇ ਹੋਰ ਨੁਕਤਾ ਨਿਗਾਹ ਤੋਂ ਵੇਖਦਾ ਹੈ ਨੁਕਤਾ ਨਿਗਾਹ ਦੇ ਬਦਲਿਆਂ ਇਤਨੇ ਫਰਕ ਪੈ ਜਾਂਦੇ ਹਨ ਤੇ ਇਸ ਦੇ ਵਿਸ਼ਾਲ ਹੋ ਗਿਆ ਤਾਂ ਫਿਰ ਹੋਰ ਫਰਕ ਪੈ ਜਾਂਦਾ ਹੈ ਹਾਂਜੀ ਜੇ ਇਨਸਾਨ ਸਾਈਂ ਦੇ ਪਿਆਰ ਵਿੱਚ ਲੱਗ ਕੇ ਆਪਣੇ ਅੰਦਰ ਪਿਆਰ ਲਵਾ ਬਣ ਚੁੱਕਾ ਹੋਵੇ ਤਾਂ ਹਰ ਸ਼ੈ ਨੂੰ ਫਿਰ ਉਸ ਨੁਕਤੇ ਤੋਂ ਵੇਖਦਾ ਹੈ ਤੇ ਆਪ ਇੱਕੋ ਚਿਹਰੇ ਟਿਕਾਣੇ ਤੇ ਹੋਣ ਕਰਕੇ ਵਿਸ਼ਾਲ ਦ੍ਰਿਸ਼ਟੀ ਵਿੱਚ ਸਾਰੀਆਂ ਹੋਣੀਆਂ ਨੂੰ ਵੇਖਦਾ ਹੈ ਇਹ ਵਿਸ਼ਾਲ ਦ੍ਰਿਸ਼ਟੀ ਕੁਝ ਐਸੀ ਤਬਦੀਲੀ ਕਰ ਦਿੰਦੀ ਹੈ ਕਿ ਜੀਵ ਪੀੜਾਂ ਦੀਆਂ ਹੋਣੀਆਂ ਨੂੰ ਵੀ ਫਿਰ ਕਿਸੇ ਪਹਿਲੂ ਵਿੱਚ ਲੈਂਦਾ ਹੈ ਜਿਵੇਂ ਪਰਸੂਤਾ ਆਪਣੀ ਪਰਸੂਤ ਪੀੜਾ ਨੂੰ ਕਿਸੇ ਹੋਰ ਨੁਕਤਾ ਨਿਗਾਹ ਨਾਲ ਵੇਖਦੀ ਹੈ ਤੇ ਸੂਰਮਾ ਆਪਣੇ ਘਾਵਾਂ ਦੀ ਦਰਦ ਨੂੰ ਕਿਸੇ ਹੋਰ ਨੁਕਤਾ ਨਿਗਾਹ ਤੋਂ ਵੇਖਦਾ ਹੈ ਨੁਕਤਾ ਨਿਗਾਹ ਦੇ ਬਦਲਿਆਂ ਇਤਨੇ ਫਰਕ ਪੈ ਜਾਂਦੇ ਹਨ ਕਿ ਇਸ ਦੇ ਵਿਸ਼ਾਲ ਹੋ ਗਿਆ ਤਾਂ ਫਿਰ ਹੋਰ ਫਰਕ ਪੈ ਜਾਂਦਾ ਹੈ ਜ਼ਿੰਦਗੀ ਨੂੰ ਐਵੇਂ ਛੜ ਛੜਿਆ ਤਾਂ ਮਨ ਦੀਆਂ ਬਿਰਤੀਆਂ ਦੀ ਹਾਲਤ ਕੱਖਾਂ ਤੀਲੀਆਂ ਵਾਂਗੂ ਰਹਿੰਦੀ ਹੈ ਜਿੱਧਰ ਦੇ ਬੁੱਲੇ ਆਏ ਉਧਰ ਲੈ ਗਏ ਤੇ ਜੇ ਜ਼ਿੰਦਗੀ ਨੇ ਲੁਟਾ ਬਣ ਲਿਆ ਤੇ ਅੰਦਰ ਨਾਮ ਦਾ ਮੰਦਰ ਰਚ ਲਿਆ ਤਾਂ ਇਸ ਦੇ ਅੰਦਰ ਠਹਰ ਬਚ ਜਾਂਦੀ ਹੈ ਜਿੱਥੇ ਦੁੱਖਾਂ ਦਰਦਾਂ ਵੇਲੇ ਜਾਵੜਦਾ ਹੈ ਤੇ ਇਸ ਦੇ ਠੰਡਾ ਪਾਉਣ ਵਾਲੇ ਅਸਰਾਂ ਨਾਲ ਸ਼ਾਂਤੀ ਵਰਤਦੀ ਹੈ ਸਤਿਗੁਰੂ ਨੇ ਆਪਣੇ ਇਲਾਹੀ ਗਿਆਨ ਵਿੱਚ ਇਸ ਲੋਵੇ ਤੋਂ ਸਾਨੂੰ ਠੰਡਾ ਪਾਉਣ ਵਾਲੇ ਚੰਦਨ ਤੇ ਸੁਖ ਦੇਣ ਵਾਲੀਆਂ ਮਲਮਾਂ ਦਸੀਆਂ ਹਨ ਇਸ ਜਗਤ ਨੂੰ ਕਰਤੇ ਦਾ ਖੇਲ ਦੱਸਿਆ ਹੈ ਤੇ ਜੀਵਾਂ ਦਾ ਇਥੇ ਹੋਣਾ ਉਹਨਾਂ ਦੀ ਉਨਤੀ ਹੋਣ ਅਰਥ ਆਖਿਆ ਹੈ ਤੇ ਪਰਯੋਜਨ ਇਹ ਦੱਸਿਆ ਹੈ ਕਿ ਅੰਤਰ ਆਤਮੇ ਆਪਣੇ ਆਪੇ ਦੇ ਨੁਕਤੇ ਤੇ ਖੜੋ ਕੇ ਜਗਤ ਦਾ ਆਧਾਰ ਜਗਤ ਦੇ ਕੇਂਦਰ ਦੀ ਦ੍ਰਿਸ਼ਟਾਪੱਖ ਵਿੱਚ ਟੇਕ ਲੈ ਕੇ ਟਿਕ ਜਾਣਾ ਅਰਥਾਤ ਇੱਕ ਨੁਕਤੇ ਤੋਂ ਜੋ ਆਪੇ ਦਾ ਹੈ ਉਹ ਹੋਵੇਂ ਨਹੀਂ ਖੜੋ ਜਾਣਾ ਹੈ ਤੇ ਵਰਤਾਰੇ ਵਿੱਚ ਜਗਤ ਦੇ ਜੀਵਾਂ ਨੂੰ ਕਰਤਾ ਪੁਰਖ ਦੇ ਬੱਚੇ ਬੱਚੀਆਂ ਸਮਝ ਕੇ ਸੋਹਣੀ ਬੁੱਧੀ ਤੇ ਦਰਿਆ ਦਿਲੀ ਨਾਲ ਦੁੱਖਾਂ ਦਰਦਾਂ ਵੇਲੇ ਸਹਾਇਤਾ ਦੇਣਾ ਹੈ ਇਹ ਅਮਲੀ ਧਰਮ ਜੀਵਨ ਵਿੱਚ ਜਿਸ ਦਾ ਇੱਕ ਪੱਖ ਸਾਖੀ ਪੱਖ ਜਾਂ ਦ੍ਰਿਸ਼ਟਾ ਪਹਿਲੂ ਵਿੱਚ ਸਬਜੈਕਟਿਵ ਹੈ ਜਿੱਥੇ ਕਿ ਇਸਨੇ ਇਸ ਦੇ ਆਪੇ ਨੂੰ ਟਿਕ ਮਿਲਦੀ ਹੈ ਇਸ ਦੇ ਟਿਕ ਕੇ ਦੂਸਰਾ ਅਮਲੀ ਪੱਖ ਇਸ ਨੂੰ ਦ੍ਰਿਸ਼ਟਮਾਨ ਵਿੱਚ ਉਪਕਾਰ ਤੇ ਨੇਕੀ ਦਾ ਜੀਵਨ ਬਸਰ ਕਰਨ ਦਾ ਮਿਲਦਾ ਹੈ ਇਕ ਆਪ ਆਪੇ ਤੇ ਟਿਕਦਾ ਹੈ ਤੇ ਟਿਕਾਉ ਬਣਦਾ ਹੈ ਜ਼ਖਮਾਂ ਤੇ ਮਲਮ ਲਾਉਂਦਾ ਹੈ ਤੇ ਪੀੜਾ ਹਰਦਾ ਹੈ ਇਸ ਅਮਲੀ ਧਰਮ ਤੇ ਟੁਰਿਆਂ ਫਿਰ ਦੁੱਖਾਂ ਦਰਦਾਂ ਵੇਲੇ ਸਤਿਗੁਰੂ ਆਖਦੇ ਹਨ ਵਾਹਿਗੁਰੂ ਮਿੱਤਰ ਹੈ ਉਸ ਦੇ ਕਾਲੇ ਦੁੱਖ ਸੁੱਖ ਤੇਰੇ ਕਿਸੇ ਭਲੇ ਲਈ ਹਨ ਜੇ ਸਮਝੇ ਪਹੁੰਦੇ ਹਨ ਤਾਂ ਵਾ ਵਾ ਨਹੀਂ ਪਹੁੰਦੇ ਤਾਂ ਵਾ ਵਾ ਤੂੰ ਭਾਣੇ ਤੇ ਸਾਕਾਰ ਹੋਣਾ ਹੈ ਤੇ ਚਿੱਤ ਨੂੰ ਡੁਲਾਉਣਾ ਨਹੀਂ ਹਾਂਜੀ ਇਸ ਅਮਲੀ ਧਰਮ ਤੇ ਟੁਰਦੇ ਆ ਫਿਰ ਦੁੱਖਾਂ ਦਰਦਾਂ ਵੇਲੇ ਸਤਿਗੁਰੂ ਆਖਦੇ ਹਨ ਵਾਹਿਗੁਰੂ ਮਿੱਤਰ ਹੈ ਉਸ ਦੇ ਕਲੇ ਦੁੱਖ ਸੁਖ ਤੇਰੇ ਕਿਸੇ ਭਲੇ ਲਈ ਹਨ ਜੇ ਸਮਝ ਪੈਂਦੇ ਹਨ ਤਾਂ ਵਾਵਾ ਨਹੀਂ ਪੈਂਦੇ ਤਾਂ ਵਾਵਾ ਤੂੰ ਭਾਣੇ ਤੇ ਸਾਕਾਰ ਹੋਣਾ ਹੈ ਤੇ ਚਿੱਤ ਨੂੰ ਡੁਲਾਉਣਾ ਨਹੀਂ ਚਿੱਤ ਤਾਂ ਦੀਪਸ਼ੀਖਾ ਯਾਨੀ ਦੀਵੇ ਦੀ ਲਾਟ ਵਾਂਗੂ ਡੋਲਦਾ ਹੀ ਹੈ ਪਰ ਅਭਿਆਸੀ ਪੁਰਖ ਇਸ ਨੂੰ ਟਿਕਾਉਂਦਾ ਹੈ ਤੇ ਪ੍ਰਭੂ ਪਿਆਰ ਵਿੱਚ ਸਿਧਿਆ ਕਰਦਾ ਹੈ ਕਿਉਂਕਿ ਦੁੱਖਾਂ ਦਰਦਾਂ ਦੀਆਂ ਲਹਿਰ ਪਛਾੜਾਂ ਬਾਜੇ ਵੇਲੇ ਟਿਕਰੇ ਮਨ ਨੂੰ ਉਸ ਉੱਚੇ ਲੂਵੇ ਤੋਂ ਡੇਗ ਜਾਂਦੀਆਂ ਹਨ ਜਿਸ ਤੇ ਫਿਰ ਚੜ੍ਹਨਾ ਕਠਿਨ ਹੋ ਜਾਂਦਾ ਹੈ ਇਸ ਲਈ ਮਨ ਨੂੰ ਕਿਸੇ ਲੂਵੇ ਤੇ ਟਿਕਾ ਲੈਣ ਵਾਲੇ ਹਰ ਦੁੱਖ ਦਰਦ ਵੇਲੇ ਪਹਿਲੇ ਇਸ ਫਿਕਰ ਵਿੱਚ ਲੱਗਦੇ ਹਨ ਮਨ ਕਿਤੇ ਇਸ ਨੁਕਤੇ ਤੋਂ ਉਖੜ ਨਾ ਜਾਵੇ ਇਸ ਯਤਨ ਵਿੱਚ ਗੁਰਬਾਣੀ ਸਭ ਤੋਂ ਵੱਧ ਕੇ ਸਹਾਇਤਾ ਕਰਦੀ ਹੈ ਦੂਸਰੇ ਅੰਦਰ ਜੋ ਵਿਛੜੇ ਪਿਆਰੇ ਨਾਲ ਮੋਹ ਹੁੰਦਾ ਹੈ ਉਸ ਨੂੰ ਸੁਖਦਾਇਕ ਪੈਂਦਾ ਹੈ ਤੇ ਅੰਦਰ ਗੱਡੀਆਂ ਤਣਾਵਾਂ ਉਸ ਦੀ ਸ਼ਖਸੀਅਤ ਵੱਲ ਤੂਖਾਂਦੀਆਂ ਹਨ ਉਸ ਵੇਲੇ ਗੁਰਮਤ ਦੱਸਦੀ ਹੈ ਕਿ ਬੇਬਲ ਹੋ ਕੇ ਗਮ ਦੀਆਂ ਨਸ਼ਤਰਾਂ ਨੂੰ ਤਿਰਖਿਆ ਨਾ ਕਰੋ ਉਸ ਚਿੱਤ ਦੀ ధਰਮਣਤਾ ਦਾ ਲਾਭ ਉਠਾਓ ਇੱਕ ਆਪਣੇ ਲਈ ਇੱਕ ਵਿਛੜੇ ਪਿਆਰੇ ਲਈ ਆਪਣੇ ਲਈ ਤਾਂ ਇਹ ਹੈ ਕਿ ਉਸ ਵੇਲੇ ਅਰਦਾਸ ਵਿੱਚ ਜਾਓ ਕਿ ਪਾਤਸ਼ਾਹ ਅਸਾਂ ਆਪ ਤੋਂ ਵਿਛੜ ਕੇ ਦੁੱਖ ਪਾਏ ਹਨ ਅਸਾਂ ਨੂੰ ਆਪਣੇ ਨਾਲ ਪਰੋ ਲਾਓ ਸਾਨੂੰ ਤੁਸੀਂ ਸਦਾ ਥਿਰ ਦੇਸ ਪਾਓ ਤੇ ਤੁਸਾਂ ਨਾਲ ਪ੍ਰੇਮ ਗੜ ਜਾਵੇ ਇਸ ਤਰ੍ਹਾਂ ਦੇ ਕੋਮਲ ਹੋਏ ਚਿੱਤ ਦੀ ਅਰਦਾਸ ਬਧੇਰਾ ਅਸਰ ਕਰਦੀ ਹੈ ਟੁੱਟ ਗਏ ਪਿਆਰੇ ਲਈ ਇਸ ਪਿਆਰ ਦੀ ਖਿੱਚ ਦਾ ਇਹ ਲਾਭ ਉਠਾਓ ਕਿ ਉਸ ਦੇ ਗੁਣ ਤੇ ਮਨਮੋਹਨ ਗੱਲਾਂ ਯਾਦ ਕਰ ਦੇ ਨੇਣ ਫੁਹਾਰਿਆਂ ਨੂੰ ਨਦੀਆਂ ਦੇ ਸੋਮ ਨਾ ਬਣਾਓ ਸਗੋਂ ਇਹ ਸੋਚੋ ਕਿ ਹੁਣ ਜਿਸ ਹਾਲ ਜਿਸ ਅਵਸਥਾ ਵਿੱਚ ਉਹ ਹੈ ਅਸੀਂ ਉਸ ਲਈ ਕੀ ਕਰ ਸਕਦੇ ਹਾਂ ਸੋ ਗੁਰਮਤ ਸਾਨੂੰ ਦੱਸਦੀ ਹੈ ਮੈਂ ਪਿੱਛੇ ਕੀਰਤਨ ਕਰਿਉ ਨਿਰਵਾਣ ਜੀਉ ਸੋ ਗੁਰਬਾਣੀ ਦੇ ਪਾਠ ਤੇ ਕੀਰਤਨ ਦਾ ਮੰਡਲ ਰਚ ਲਈਏ ਇਹ ਇੱਕ ਅਰਦਾਸ ਹੋਵੇਗੀ ਪ੍ਰਾਣੀ ਦੇ ਭਲੇ ਲਈ ਅਰਦਾਸ ਭਾਉ ਪੂਰਕ ਗੈਬ ਦੀ ਵਸਤੂ ਹੈ ਜਿਸ ਨੂੰ ਪਿਆਰ ਭਾਉ ਦੀ ਤੀਖਣਤਾ ਦੇ ਖੰਭ ਲੱਗ ਜਾਂਦੇ ਹਨ ਇਹ ਹਰ ਮੰਡਲ ਨੂੰ چیر ਕੇ ਦੂਰ ਤੋਂ ਦੂਰ ਟਿਕਾਣਿਆਂ ਤੇ ਪਹੁੰਚ ਰੱਖਦੀ ਹੈ ਸੋ ਇਸ ਤਰ੍ਹਾਂ ਬਿਰਹੋਂ ਕਰਨੇ ਦੀ ਥਾਂ ਵਿਛੜੇ ਪਿਆਰੇ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਾਂ ਜਿਸ ਤਰ੍ਹਾਂ ਕਿ ਜੀਵੰਦਿਆਂ ਕਰਦੇ ਸਾਂ ਅਰਥਾਤ ਪਾਠ ਤੇ ਅਰਦਾਸ ਇਹ ਅਮਲੀ ਗੱਲਾਂ ਸਤਗੁਰ ਦੇ ਘਰ ਵਿੱਚ ਤੁਸੀਂ ਗੁਰੂ ਦੇ ਟੇਕ ਵਾਲੇ ਹੋ ਪਾਠ ਕਰ ਕਰਾਰੇ ਹੋ ਸੁਣ ਰਹੇ ਤੇ ਲਾਭ ਉਠਾ ਰਹੇ ਇਸ ਪਾਸੇ ਲੰਗੋ ਲక్ష్ਮੀ ਜੀ ਤੇ ਸਾਰੇ ਪਰਿਵਾਰ ਨੂੰ ਇਸੇ ਪਾਸੇ ਲਾਓ ਅਸਲੀ ਠੰਡਾ ਇਸੇ ਪਾਸੇ ਹਨ ਸਿਦਕ ਦੇ 베ੜੇ ਪਾਰ ਹਨ ਸਿਦਕ ਬਲਾਈਂਡ ਫੇਥ ਨਹੀਂ ਇਹ ਇੱਕੁਰ ਦੀ ਸ਼ੈ ਹੈ ਜਿਕਰ ਯੂਕਲਿਡ ਦੇ ਪਾਠਕ ਨੂੰ ਪਹਿਲਾਂ ਐਗਜ਼ੀਅਮ ਮੰਨ ਕੇ ਟਰਨਾ ਪੈਂਦਾ ਹੈ ਨਹੀਂ ਤਾਂ ਉਸ ਵਿਦਿਆ ਨੂੰ ਪ੍ਰਾਪਤ ਨਹੀਂ ਕਰ ਸਕਦਾ ਵਾਹਿਗੁਰੂ ਹੈ ਤੇ ਪਿਆਰ ਪੁੰਜ ਹੈ ਇਹ ਐਕਜ਼ਮ ਵਾਂਗੂੰ ਅੰਦਰ ਬੰਨ ਕੇ ਟੁਰੀਏ ਫਿਰ ਅੱਗੇ ਚੱਲ ਕੇ ਨਾਮ ਅਭਿਆਸ ਦੁਆਰਾ ਦਿਲ ਨੂੰ ਆਧਾਰ ਮਿਲਦਾ ਹੈ ਤੇ ਮਨ ਵਿਸ਼ਾਲ ਹੋ ਜਾਂਦਾ ਹੈ ਫਿਰ ਦ੍ਰਿਸ਼ਟਾਪਖ ਵੀ ਤਜਰਬੇ ਹੋਣ ਲੱਗ ਜਾਂਦੇ ਹਨ ਤੇ ਮਤ ਦੇ ਨੁਕਤੇ خیال ਬਦਲਦੇ ਨਜ਼ਰ ਪੈਂਦੇ ਹਨ ਤੇ ਉਹਨਾਂ ਨਾਲ ਫਿਰ ਚਿਤ ਅਮਲੀ ਤੇ ਤਜਰਬੇ ਵਿੱਚ ਆ ਜਾਣ ਵਾਲਾ ਸੁਖ ਪ੍ਰਤੀਤ ਕਰਦਾ ਹੈ ਸੋ ਹੁਣ ਉਦਾਸ ਨਾ ਹੋਵੋ ਜੇ ਮਨ ਦਰਵੇ ਤਾਂ ਆਪਣੀ ਕਲਿਆਣ ਲਈ ਆਪਣੇ ਆਪ ਉੱਚੀਆਂ ਕਰਨ ਲਈ ਅਰਦਾਸ ਵਿੱਚ ਲੱਗ ਜਾ ਗਰਭ ਘੋਰ ਅੰਧ ਤੇ ਕਾਢੋ ਪ੍ਰਮ ਨਾਨਕ ਨਦਰ ਨਿਹਾਰ ਫਿਰ ਅਰਦਾਸ ਕਰੋ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦ ਉਦਾਰੇ ਤੇ ਫਿਰ ਨਾਨਕ ਦੀ ਜੈ ਨਾਮਦਾਨ ਰੱਖੋ ਹਿਏ ਪਰਵੇ ਇਹ ਦਾਨ ਮੰਗਦਿਆਂ ਮਨ ਦੀ ਦਰਵੰਡਤਾ ਸਫਲ ਹੋਵੇਗੀ ਤੇ ਵਾਹਿਗੁਰੂ ਦੇ ਸਿਮਰਨ ਦਾ ਰੌ ਸੁਖੈਨ ਫੁਰੇਗਾ ਦੂਸਰੇ ਕਾ ਕੀ ਜਿ ਲਈ ਪਾਠ ਹਰਦਾਸ ਕੀਰਤਨ ਹੋਣ ਜਿਨ੍ਹਾਂ ਨਾਲ ਉਸ ਨੂੰ ਸੁਖ ਮਿਲੇ ਤੇ ਸੁਣਨ ਵਾਲਿਆਂ ਨੂੰ ਲਾਭ ਪੜੇ ਹੋ ਜੋ ਕੁਛ ਰਿਹਾ ਹੈ ਸਾਡੇ ਵਸੋਂ ਬਾਰ ਹੈ ਅਸੀਂ ਸਾਰਾ ਮਨੁੱਖੀ ਜ਼ੋਰ ਲਾ ਲੈਂਦੇ ਹਾਂ ਫਿਰ ਵੀ ਹੋਂ ਹਾਰ ਹੋ ਜਾਂਦਾ ਹੈ ਤਾਂ ਤੇ ਜੋ ਵਸੋਂ ਬਾਰ ਹੈ ਉਸ ਲਈ ਮਨ ਨੂੰ ਕਸ਼ਟ ਦੇਣ ਦਾ ਕੀ ਗੁਣ ਮਨ ਉੱਚਿਆ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ ਵਿਛੜੇ ਪਿਆਰੇ ਨੂੰ ਕੀਰਤਨ ਦੀ ਪਿਆਰ ਭਰੀ ਸਗਾਤ ਪਹੁੰਚਾਈਏ ਗੁਰੂ ਆਪ ਦਾ ਤੇ ਪਰਿਵਾਰ ਦਾ ਇਸ ਵਿਛੋੜੇ ਵਿੱਚ ਸਹਾਈ ਹੋਵੇ ਦਿਲ ਉੱਚਾ ਸੁੱਚਾ ਹੋਵੇ ਸਾਈਂ ਦੀ ਯਾਦ ਨਾਲ ਪ੍ਰੋਹ ਹੋ ਜਾਏ ਤੁਸਾਂ ਦੀ ਸਮਝ ਬੰਦਗੀ ਵਿੱਚ ਉਜਲ ਹੋਵੇ ਤੇ ਇਸ ਉਜਲ ਪਦਾਰਥ ਤੋਂ ਜਗਤ ਪੀੜਾ ਘਟਣ ਵਿੱਚ ਵੱਧ ਤੋਂ ਵੱਧ ਸਹਾਇਤਾ ਮਿਲੇ ਕਲਗੀਆਂ ਵਾਲੇ ਨੇ ਸਾਨੂੰ ਕਰਮ ਵਿੱਚ ਨਿਸ਼ਕਾਮ ਕੀਤਾ ਹੈ ਆਖਿਆ ਹੈ ਤਿਆਗ ਵਿੱਚ ਨਾ ਜਾਓ ਕਰਮ ਕਰੋ ਤੇ ਫਿਰ ਕਰਦੇ ਹੋਏ ਅੰਦਰੋਂ ਸਾਈ ਨਾਲ ਲੱਗੇ ਰਹੋ ਇਹ ਅੰਦਰੋਂ ਲੱਗੇ ਰਹਿਣਾ ਨਿਸ਼ਕਰਮ ਹੋਣਾ ਹੈ ਅਕਰਹਿ ਹੋਣਾ ਹੈ ਜੁੜ ਜਾਣ ਦੀ ਅਵਸਥਾ ਮਾਨੋ ਇੱਕ ਅਕਰਹਿ ਅਵਸਥਾ ਹੈ ਨਾਮ ਜਪਣਾ ਇਸ ਦਾ ਸਾਧਨ ਹੈ ਜਗਤ ਵਿੱਚ ਭਲਾ ਕਰਨਾ ਇਹ ਕਰਮ ਕਰਨਾ ਹੈ ਭਲਾ ਕਰਕੇ ਇਸ ਵਿੱਚ ਫਲ ਦੀ ਵਾਸ਼ਨਾ ਤਿਆਗਣੀ ਇਹ ਕਰਮ ਦੀ ਸਫਲਤਾ ਹੈ ਗੁਰੂ ਸਿੱਖੀ ਸਦਕ ਭਰੋਸਾ ਤੇ ਨਾਮ ਬਖਸ਼ੇ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ